ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਨੂੰ ਸਰੋਪੇ ਵੀ ਬਖਸ਼ਿਸ਼ ਕੀਤੇ ਗਏ। ਉਹਨਾਂ ਨੇ ਦੱਸਿਆ ਕਿ ਪਿਛਲੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੇ ਪੰਜਾਬ ਵਿੱਚੋਂ ਲੰਘਦੀਆਂ ਸਾਰੀਆਂ ਪ੍ਰਮੁੱਖ ਡਰੇਨਾਂ ਵਿੱਚੋਂ ਬੂਟੀ ਦੀ ਸਫਾਈ ਕਰਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ। ਮੌਜੂਦਾ ਪੰਜਾਬ ਸਰਕਾਰ ਨੇ ਇਹ ਭਰੋਸਾ ਵੀ ਦਵਾਇਆ ਕਿ ਪੰਜਾਬ ਵਿੱਚੋਂ ਲੰਘਦੀਆਂ ਸਾਰੀਆਂ ਡਰੇਨਾਂ ਵਿੱਚੋਂ ਬੂਟੀ ਦੀ ਸਫਾਈ ਕਰਵਾਈ ਜਾਵੇਗੀ ਤਾਂ ਜੋ ਬਰਸਾਤਾਂ ਦੇ ਦਿਨਾਂ ਵਿੱਚ ਆਉਣ ਵਾਲਾ ਬਰਸਾਤੀ ਪਾਣੀ ਕਿਸਾਨਾਂ ਦੀਆਂ ਫਸਲਾਂ ਅਤੇ ਲੋਕਾਂ ਦੇ ਜਾਨ ਮਾਲ ਦਾ ਨੁਕਸਾਨ ਨਾ ਕਰ ਸਕੇ। ਫਿਲਹਾਲ ਸਰਕਾਰ ਇਸ ਬੂਟੀ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਅਸੀਂ ਮਸ਼ੀਨ ਟੈਸਟ ਕਰਨੀ ਸੀ, ਜਿਹੜਾ ਮਸ਼ੀਨਾਂ ਨੇ ਇਹਨਾਂ ਦੀ ਬਕਟ ਤੇ ਮਾਲ ਘੱਟ, ਜਿਵੇਂ ਪੰਜਾਬ 'ਚ ਬੂਟੀ ਦੀ ਵਾਟਰ ਹਾਈਜਨ ਜਿਹਨੂੰ ਕਹਿੰਦੇ ਬੜੀ ਵੱਡੀ ਪ੍ਰੋਬਲਮ ਹੈ, ਉਹ ਲਈ ਗ੍ਰੈਬ ਬਣਾ ਕੇ ਉਹ ਤਾਂ ਕਿ ਬੂਟੀ ਦੀ ਸਫਾਈ ਔਰ ਮਸ਼ੀਨ ਦੀ ਆਊਟਪੁੱਟ ਵੱਧ ਸਕੇ, ਉਹਦੇ ਲਈ ਨਵਾਂ ਇੱਕ ਗ੍ਰੈਬ ਡਿਜ਼ਾਈਨ ਕਰਾਇਆ ਸੀਗਾ। ਉਹਦੇ ਟ੍ਰਾਇਲ ਇੱਥੇ ਕੀਤੇ ਆ ਔਰ ਸਰਦਾਰ ਕੁਲਜੀਤ ਸਿੰਘ ਜੀ ਨਾਗਰਾ ਜਿਹੜੇ ਇਸ ਹਲਕੇ ਦੇ MLA ਆ, ਉਹਨਾਂ ਦੀ ਡਿਮਾਂਡ ਆ ਕਿ ਸ਼ਹੀਦਾਂ ਦੀ ਧਰਤੀ ਸਾਹਿਬਜ਼ਾਦਿਆਂ ਦੀ, ਸਾਡਿਆਂ ਦੀ, ਛੋਟਿਆਂ ਦੀ, ਉੱਥੇ ਦੀ ਜਿਹੜਾ ਸਰਹੰਦ ਚੋ ਜਾਂਦਾ ਉਹਦਾ ਹਾਲ ਬਹੁਤ ਮੰਦਾ ਔਰ ਸ਼ਹਿਰ ਦੇ ਵਿੱਚ ਦੀ ਹੋ ਕੇ ਗੁਜ਼ਰਦਾ, ਇੱਕ ਉਹਦਾ ਵੀ ਪ੍ਰੋਜੈਕਟ ਇਹਨਾਂ ਨੇ ਬਣਾਇਆ ਜਿਹਦੀ ਸਟੱਡੀ ਅਸੀਂ ਅੱਜ ਕੀਤੀ ਹੈ ਡਿਪਾਰਟਮੈਂਟ ਸਾਰਿਆਂ ਨਾਲ ਹੈ, ਅਤੇ ਉਹਨੂੰ ਪਾਸ ਕਰਾ ਕੇ ਉਹਨੂੰ ਚਾਲੂ ਕਰਾਉਣ ਲਈ ਯਤਨ ਕਰਾਂਗਾ ਮੈਂ ਔਰ ਉਹ ਪੱਕਾ ਕਰਨ ਲਈ ਉਹ ਪ੍ਰੋਜੈਕਟ ਬਣਾਇਆ, ਉਹਦੇ ਲਈ ਇਹ ਪਾਸ ਕਰਾਵਾਂਗੇ ਸਰਕਾਰ ਤੋਂ। ਔਰ ਕੈਪਟਨ ਅਮਰਿੰਦਰ ਸਿੰਘ ਜੀ ਗੁਰੂ ਘਰਾਂ ਦੀ ਸੇਵਾ ਦੇ ਲਈ ਜੋ ਵੀ ਕੰਮ ਹੋਵੇ ਉਹਦੇ 'ਚ ਹਮੇਸ਼ਾ ਉਹਨਾਂ ਦੀ ਦਿਲਚਸਪੀ ਹੁੰਦੀ ਮੁੱਖ ਮੰਤਰੀ ਸਾਹਿਬ ਦੀ, ਸੋ ਉਹਨਾਂ ਨੂੰ ਜਾ ਕੇ ਮੈਂ ਪ੍ਰੋਜੈਕਟ ਦਿਆਂਗਾ ਔਰ ਮੇਰੇ ਖਿਆਲ ਨਾਲ ਇਹ ਪਾਸ ਹੋਣਾ ਚਾਹੀਦਾ। 1 ਕਰੋੜ ਰੁਪਈਏ ਦਾ ਕਰੀਬ ਪ੍ਰੋਜੈਕਟ ਹੈ ਫਸਟ ਫੇਜ਼, ਔਰ ਜਿਵੇਂ ਜਿਵੇਂ ਉਹਨੂੰ ਕੰਪਲੀਟ ਕਰਨ ਦੇ ਬਾਅਦ ਫਿਰ ਜਿਹੜੀ ਹੋਰ ਲੋੜ ਹੋਏਗੀ ਉਹਨੂੰ ਕਰਾਂਗੇ। ਔਰ ਜਿੱਥੇ ਤਾਈਂ ਡਰੇਨ ਦੀ ਸਫਾਈ ਔਰ ਗੱਲ ਕਰੀਏ, ਸਾਰੇ ਪੰਜਾਬ ਦੇ ਵਿੱਚ ਵਾਟਰ ਹਾਈਸੈਂਟ ਦੀ ਬੜੀ ਵੱਡੀ ਸਮੱਸਿਆ ਹਰ ਡਰੇਨ ਦੇ ਵਿੱਚ, ਔਰ ਜਿਹੜੇ ਸਾਡੇ ਬਰਾਜ ਨੇ ਜਿਹੜੇ ਹਰੀ ਕੇ ਆ, ਉਹ ਕਹਿਣ ਨੂੰ ਤਾਂ ਬਰਡ ਸੈਂਚਰੀ ਆ, ਉਹਦੇ 'ਚ ਜੀਵ ਜੰਤੂ ਜਿਹੜੇ ਪਾਣੀ ਦੇ ਨੇ ਉੱਪਰੋਂ ਸਾਰਾ ਉਹਦੇ ਕਾਰਪਟ ਉੱਪਰ ਜਾਂਦਾ ਬੂਟੀ ਦਾ, ਉਹਨੂੰ ਸਾਫ਼ ਕਰਨਾ, ਸਾਡੀਆਂ ਡਰੇਨਾਂ ਨੂੰ ਸਾਫ਼ ਕਰਨਾ, ਇਹਨੂੰ ਪਹਿਲ ਦੇ ਆਧਾਰ 'ਤੇ ਸਾਫ਼ ਕੀਤਾ ਜਾਏਗਾ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.